ਅੱਛਰੀਏ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਸੀ ਯੂ ਟਿਊਬ ਚੈਨਲ ਤੇ ਹਾਂ ਅੱਜ ਤੋਂ ਗੱਲ ਕਰਦੇ ਆਂ ਅੱਜ ਦੇ ਕਬੱਡੀ ਕੱਪ ਦੀ ਤਾਂ ਇਹ ਕਰਵਾਇਆ ਜਾ ਰਿਹਾ ਜਿਹੜੇ ਜਿੰ ਪਿੰਡ ਚੰਡਿਆਣਾ ਗਰਬੀ ਮੋਗਾ ਵਿਖੇ ਜਿੱਥੇ ਕਬੱਡੀ 55 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਜੀ ਤੇ ਜਿਸ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਤੇ ਗੱਲ ਕਰੀ ਇਨਾਮਾਂ ਦੀ ਤਾਂ ਪਹਿਲਾ ਇਨਾਮ 3100 ਰੁਪਏ ਹੋਵੇਗਾ ਜੀ ਤੇ ਦੂਜਾ ਇਨਾਮ 2100 ਰੁਪਏ ਹੋਵੇਗਾ ਜੀ ਤੇ ਦੋਸਤੋ ਕਬੱਡੀ 55 ਕਿਲੋ ਦੇ ਬੈਸਟ ਰੇਡਰ ਤੇ ਜਾਫੀ ਨੂੰ 11-1100 ਰੁਪਏ ਦਿੱਤਾ ਜਾਵੇਗਾ ਜੀ ਤੇ ਤੁਸੀਂ ਇਸ ਕਬੱਡੀ ਕੱਪ ਦਾ ਲਾਈਵ ਪ੍ਰਸਾਰਣ ਕਬੱਡੀ ਟੀਵੀ ਤੇ ਦੇਖ ਸਕਦੇ ਹੋ ਜੀ ਤੇ ਦੋਸਤੋ ਇੱਥੇ ਸਿਰਫ ਪਹਿਲੀ 32 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ ਜੀ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜੀ ਤੇ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਜੀ ਸਾਡੀਆਂ ਹੋਰ ਵੀਡੀਓ ਦੇਖਣ ਵਾਸਤੇ ਅਤੇ ਕਬੱਡੀ ਦੀ ਨਵੀਂ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਹਾਜ਼ਰ ਹੋਵਾਂਗੇ ਕਬੱਡੀ ਦੀ ਕੋਈ ਨਵੀਂ ਅਪਡੇਟ ਲੈ ਕੇ ਧੰਨਵਾਦ